ਸੋ ਆਪਾਂ ਹੁਣ ਮੋਨਸਟਰੀ ਦੇ ਅੰਦਰ ਆ ਚੁੱਕੇ ਹਾਂ ਅਤੇ ਇਹਦੀ ਖਾਸੀਅਤ ਇਹ ਸੀਗੀ ਕਿ ਇਹ 150 ਈਅਰ ਦੇ ਵਿੱਚ ਬਣੀ ਹੈ। ਸੋ ਇਹਨੂੰ 150 ਸਾਲ ਲੱਗ ਗਏ ਇਹਨੂੰ ਬੰਦੇ ਬੰਦੇ। ਡਿਟੇਲਸ ਦੇਖ ਸਕਦੇ ਹੋ ਇੱਥੇ, ਉਸ ਸਮੇਂ ਦੀਆਂ ਡਿਟੇਲਸ ਕਾਫੀ ਸੋਹਣੀ ਬਣੀ ਹੋਈ ਹੈ। ਸੋ ਹੁਣ ਆਪਾਂ ਮੋਨਸਟਰੀ ਦੀ ਸ਼ੋਪ ਦੇ ਵਿੱਚ ਆਏ ਹਾਂ। ਸੋ ਤੁਸੀਂ ਦੇਖ ਸਕਦੇ ਹੋ ਗਨਸ ਉਸ ਸਮੇਂ ਦੀਆਂ ਬਹੁਤ ਪੁਰਾਣੀਆਂ ਗਨਸ ਸ਼ੋਪ ਦੇ ਵਿੱਚ ਪਈਆਂ ਨੇ। ਜ਼ਿਆਦਾ ਤੁਸੀਂ ਰਿਕਾਰਡ ਨਹੀਂ ਕਰ ਸਕਦੇ ਉੱਥੇ ਵੀਡੀਓ, ਅਤੇ ਜ਼ਿਆਦਾ ਬੋਲ ਬੋਲ ਕੇ ਚੱਕਰ ਨਹੀਂ ਪਾਸਦੇ। ਸੋ ਹੁਣ ਆਪਾਂ ਮੋਨਸਟਰੀ ਦੀ ਸ਼ੋਪ ਦੇ ਵਿੱਚ ਆਈਏ। ਉਸ ਸਮੇਂ ਦੀਆਂ ਚੀਜ਼ਾਂ ਪਈਆਂ ਅਤੇ ਉਸ ਸਮੇਂ ਦੇ ਇੱਥੇ ਪ੍ਰੋਡਕਟਸ ਪਏ ਨੇ, ਤੁਸੀਂ ਦੇਖ ਸਕਦੇ ਹੋ। ਉਸ ਸਮੇਂ ਦੀਆਂ ਟੋਪੀਆਂ ਛੋਪੀਆਂ ਜੋ ਵੀ ਉਸ ਸਮੇਂ ਦੇ ਉਹਨਾਂ ਦੇ ਔਜ਼ਾਰ, ਸੋ ਤੁਸੀਂ ਦੇਖ ਸਕਦੇ ਹੋ ਉਸ ਸਮੇਂ ਦੇ ਬੈਚ ਪਏ ਨੇ, ਉਹਨਾਂ ਦੀਆਂ ਆਰਮੀ ਦੇ ਬੈਚ ਪਏ ਨੇ, ਕਿੱਦਾਂ ਸੀਗੇ, ਕਿਵੇਂ ਪਾਉਂਦੇ ਸੀ, ਕੀ ਰੈਂਕ ਸੀਗੇ ਉਹਨਾਂ ਸਭ, ਉਹਨਾਂ ਦੀਆਂ ਮੋਹਰਾਂ ਪਈਆਂ ਇੱਥੇ ਸ਼ੋਪ ਦੇ ਵਿੱਚ। ਸੋ ਤੁਹਾਨੂੰ ਸਾਰੀਆਂ ਦਿਖਾਉਂਦੇ ਨੇ, ਚਲੋ। ਸੋ ਹੁਣ ਆਪਾਂ ਸੈਕਿੰਡ ਪਾਰਟ 'ਚ ਆ ਚੁੱਕੇ ਹਾਂ, ਨਵਾਂ ਬਣਾਇਆ ਗਿਆ ਸੀਗਾ। ਸੋ ਉਹਦੇ ਨਾਲ ਹੀ ਅਟੈਚ ਆਹ ਵਾਲਾ ਪਾਰਟ ਵੀ। ਸੋ ਤੁਹਾਨੂੰ ਆਹ ਮੋਨਸਟਰੀ ਦਾ ਸੈਕਿੰਡ ਪਾਰਟ ਦਿਖਾਉਂਦੇ ਹਾਂ, ਚਲੋ। ਸੈਕਿੰਡ ਗਾਰਡਨ ਹੈ ਮੋਨਸਟਰੀ ਦਾ, ਅਤੇ ਸੈਕਿੰਡ ਪਾਰਟ ਹੈ ਸਾਰਾ। ਅਤੇ ਇਹ ਵੀ ਕਾਫੀ ਸੋਹਣਾ ਬਣਿਆ ਹੋਇਆ।
ਤੁਹਾਨੂੰ ਐਸੀ ਪਲੇਸ ਦਿਖਾਉਣ ਜਾ ਰਹੇ ਹਾਂ। ਉਸ ਸਮੇਂ ਬਣ ਰਹੀ ਸੀ ਪਰ ਇਹ ਅਨਫਿਨਿਸ਼ਡ ਹੈ, ਸੋ ਇਹਨੂੰ ਫਿਨਿਸ਼ ਨਹੀਂ ਕੀਤਾ ਗਿਆ, ਸੋ ਇਹ ਅਨਫਿਨਿਸ਼ਡ ਚੈਪਲ ਹੈ। ਇਹਦੀ ਰੂਫ ਨਹੀਂ ਹੈਗੀ, ਤੁਸੀਂ ਦੇਖ ਸਕਦੇ ਹੋ। ਸੋ ਯੂਨੀਕ ਜੀ ਚੀਜ਼ ਹੈ, ਤੁਸੀਂ ਦੇਖ ਸਕਦੇ ਡਿਜ਼ਾਇਨ ਡਿਟੇਲਸ, ਉਸ ਸਮੇਂ ਦੀਆਂ ਡਿਟੇਲਸ ਨੇ, ਆਹ ਚੈੱਕ ਕਰ ਸਕਦੇ ਤੁਸੀਂ। ਪਿੱਛੇ ਵੋਲ ਹੈ। ਹੁਣ ਆਪਾਂ ਮੋਨਸਟਰੀ ਵੀ ਦਿਖਾਤੀ, ਮੋਨਸਟਰੀ ਦੇ ਪਾਰਟ ਵੀ ਦਿਖਾਤੇ, ਅਨਫਿਨਿਸ਼ ਚੈਪਲ ਦਿਖਾਤੀ ਅਤੇ ਜਿਹੜੀ ਬਣੀ ਹੋਈ ਸੀਗੀ ਚੈਪਲ ਫਸਟ, ਤੁਹਾਨੂੰ ਉਹ ਵੀ ਦਿਖਾਤੀ। ਸੋ ਇਹ ਕਾਫੀ ਵੱਡੀ ਹੈ, ਇੱਥੋਂ ਘੱਟੋ ਘੱਟ ਸਾਨੂੰ 3-4 ਘੰਟੇ ਲੱਗ ਗਏ ਬਥਾਲਾ ਦੇ ਵਿੱਚ। ਸੋ ਹੁਣ ਅੱਗੇ ਦੇਖਦੇ ਹਾਂ, ਮੋਨਸਟਰੀ ਦਿਖਾਤੀ ਹੁਣ ਸਾਰੀ ਤੁਹਾਨੂੰ ਪਰਸਿਊ ਕਰਾਂਗੇ। ਆਪਣਾ ਟੂਰ ਹੈਗੇ ਆ, 2-3 ਆਈਡੀਏ ਹੈਗੇ ਹਜੇ, ਅਤੇ ਉਹ ਤੁਹਾਨੂੰ ਦਿਖਾਉਂਦੇ ਹਾਂ। ਚਲੋ।